अस्सलाम वालेकुम दोस्तों, स्वागत है आप सब का पीरां फकीरां दी नगरी चैनल विच। दोस्तों आज मैं आप सब लई एक बहुत ही पावरफुल मंत्र लेके हाजिर होया हाँ। यह मंत्र माता शमशान काली का है। इस मंत्र दे नाल आपां दुनिया का कोई भी काम कर सकते हैं, करवा सकते हैं, यानी कि माता शमशान काली तो ਕੰਮ ਲੈਣ ਵਾਲਾ ਇਹ ਮੰਤਰ ਹੈ। ਇਸ ਮੰਤਰ ਦੇ ਨਾਲ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ, ਕਿਸੇ ਦਾ ਵੀ ਹੋਵੇ ਜਾਂ ਆਪਣਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ। ਕਿਸੇ ਨੇ ਕੁਝ ਕਰ ਦਿੱਤਾ ਹੋਵੇ, ਕਿਸੇ ਨੇ ਕੋਈ ਚੀਜ਼ ਛੱਡ ਦਿੱਤੀ ਹੋਵੇ, ਕੋਈ ਭੂਤ ਪ੍ਰੇਤ ਛੱਡ ਦਿੱਤਾ ਹੋਵੇ, ਜਾਂ ਫਿਰ ਕਿਸੇ ਨੇ ਕੁਝ ਖਿਲਾ ਦਿੱਤਾ ਹੋਵੇ, ਪਿਲਾ ਦਿੱਤਾ ਹੋਵੇ, ਜਾਂ ਫਿਰ ਕਿਸੇ ਬਾਰੇ ਕੁਝ ਪਤਾ ਕਰਨਾ ਹੋਵੇ, ਇੱਦਾਂ ਦੇ ਸਾਰੇ ਕੰਮ ਤੁਸੀਂ ਇਸ ਮੰਤਰ ਦੇ ਨਾਲ ਲੈ ਸਕਦੇ ਹਾਂ। ਮਾਤਾ ਸ਼ਮਸ਼ਾਨ ਕਾਲੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਦੇਵੀ ਹੈ, ਜਿਸ ਦਾ ਵਾਸ ਸ਼ਮਸ਼ਾਨ ਵਿੱਚ ਹੁੰਦਾ ਹੈ। ਦੁਨੀਆ ਦੀਆਂ ਸਾਰੀਆਂ ਕਾਲੀਆਂ ਸ਼ਕਤੀਆਂ ਮਾਤਾ ਸ਼ਮਸ਼ਾਨ ਕਾਲੀ ਦੇ ਅਧੀਨ ਹੁੰਦੀਆਂ ਆ। ਮਾਤਾ ਸ਼ਮਸ਼ਾਨ ਕਾਲੀ ਦਾ ਕਹਿਣਾ ਮੰਨਦੀਆਂ ਆ, ਜੇਕਰ ਆਪਾਂ ਮਾਤਾ ਸ਼ਮਸ਼ਾਨ ਕਾਲੀ ਨੂੰ ਸਿੱਧ ਕਰ ਲਿਆ ਤਾਂ ਉਹਨਾਂ ਕਾਲੀਆਂ ਸ਼ਕਤੀਆਂ 'ਤੇ ਵੀ ਸਾਡਾ ਅਧਿਕਾਰ ਹੋ ਜਾਵੇਗਾ, ਉਹ ਵੀ ਸਾਡੇ ਅੰਡਰ ਹੋ ਜਾਣਗੀਆਂ। ਮਾਤਾ ਸ਼ਮਸ਼ਾਨ ਕਾਲੀ ਬਹੁਤ ਹੀ ਸ਼ਕਤੀਸ਼ਾਲੀ ਦੇਵੀ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ, ਉਸ ਤੋਂ ਬਾਅਦ ਇਸ ਮੰਤਰ ਨੂੰ ਕਿਵੇਂ ਸਿੱਧ ਕਰਨਾ ਹੈ ਉਸ ਦੀ ਵਿਧੀ ਦੱਸਾਂਗੇ, ਅਤੇ ਕਿਸੇ ਕਿਵੇਂ ਇਸ ਮੰਤਰ ਨੂੰ ਤੁਸੀਂ ਚਲਾ ਸਕਦੇ ਹਾਂ ਉਹ ਵੀ ਦੱਸਾਂਗੇ। ਸੋ ਹੁਣ ਤੁਸੀਂ ਇਹ ਮੰਤਰ ਸੁਣ ਲਵੋ ਅਤੇ ਨੋਟ ਕਰ ਲਵੋ। ਓਮ ਨਮੋ ਆਦੇਸ਼ ਗੁਰੂ ਕਾ ਮਰਘਟ ਕੀ ਕਾਲੀ ਮਰਘਟ ਸੇ ਜਾਗੇ ਮਰਘਟ ਮੇ ਹੀ ਸੋਏ ਮਰਘਟ ਮੇ ਹੀ ਖਾਏ ਮਰਘਟ ਮੇ ਹੀ ਖੂਨ ਸੇ ਕੁਰਲਾ ਕਰੇ ਹਾੜ ਸੇ ਦਾਤੁਨ ਕਰੇ ਦਾਂਤੋਂ ਸੇ ਕੱਟ ਕੱਟ ਕਰੇ ਆਪਣੇ ਭੂਤ ਪ੍ਰੇਤੋਂ ਸੇ ਕੌੜੀਆਂ ਖੇਲੇ ਜਲਤੀ ਚਿਤਾ ਪਰ ਵਿਰਾਜਮਾਨ ਰਹੇ ਜਾਗ ਜਾਗਰੀ ਮਰਘਟ ਕੀ ਕਾਲੀ ਤੂੰ ਜਾਗ ਮੇਰੇ ਜਗਾਏ ਜਾਗ ਮੇਰੇ ਗੁਰੂ ਕੇ ਜਗਾਏ ਜਾਗ ਮੇਰੇ ਬੁਲਾਣੇ ਪੇ ਆਏ ਮੇਰੇ ਸਾਰੇ ਕਾਜ ਕਰਕੇ ਦਿਖਾਏ ਨਾ ਦਿਖਾਏ ਤੋ ਗੁਰੂ ਗੋਰਖਨਾਥ ਕੀ ਆਨ ਸ਼ਿਵ ਸ਼ੰਕਰ ਕੀ ਆਨ ਕਾਲ ਭੈਰਵ ਕੀ ਆਨ ਤੁਝੇ ਆਦੇਸ਼ ਹੈ ਮਾਤਾ ਕਾਲਕਾਂ ਕਾ ਆਦੇਸ਼ ਆਦੇਸ਼ ਆਦੇਸ਼। ਦੋਸਤੋ ਇਹ ਸੀ ਸ਼ਮਸ਼ਾਨ ਕਾਲੀ ਮਾਤਾ ਦਾ ਮੰਤਰ। ਦੋਸਤੋ ਇਸ ਮੰਤਰ ਨੂੰ ਸਿੱਧ ਕਰਨ ਲਈ ਤੁਸੀਂ ਆਪਣੇ ਘਰ ਵਿੱਚ ਸਿੱਧ ਕਰ ਸਕਦੇ ਹਾਂ, ਜਾਂ ਫਿਰ ਕਿਸੇ ਖਾਲੀ ਮੈਦਾਨ 'ਚ ਜਾ ਕੇ ਸਿੱਧ ਕਰ ਸਕਦੇ ਹਾਂ, ਜਾਂ ਫਿਰ ਕਬਰਿਸਤਾਨ ਵਿੱਚ ਵੀ ਸਿੱਧ ਕਰ ਸਕਦੇ ਹਾਂ। ਜਿਹੜੀ ਸਮੱਗਰੀ ਲੱਗਣੀ ਆ ਉਹ ਸਮੱਗਰੀ ਸੁਣ ਲਵੋ। 7 ਤਰ੍ਹਾਂ ਦੀ ਮਠਿਆਈ, 7 ਲੌਂਗ, 7 ਇਲਾਇਚੀ, 1 ਮਿੱਠਾ ਪਾਨ, 1 ਨਾਰੀਅਲ, 1 ਮਾਤਾ ਦੇ ਸ਼ਿੰਗਾਰ ਦਾ ਪੈਕਟ, 1 ਕਾਲੀ ਚੁੰਨੀ, 1 ਸ਼ਰਾਬ ਦੀ ਬੋਤਲ, ਪਾਈਆ ਕਲੇਜੀ, ਪਾਈਆ ਮਾਸ, 2 ਕੱਚੇ ਅੰਡੇ ਅਤੇ ਗੁਲਾਬ ਦੇ ਫੁੱਲ। ਇਹ ਸਾਰੀ ਸਮੱਗਰੀ ਤੁਸੀਂ ਕਬਰਿਸਤਾਨ ਵਿੱਚ ਜਾ ਕੇ ਮਾਤਾ ਕਾਲਕਾ ਨੂੰ, ਮਾਤਾ ਸ਼ਮਸ਼ਾਨ ਕਾਲੀ ਨੂੰ ਭੋਗ ਲਵਾਉਣਾ ਹੈ, ਅਤੇ 1 ਪਊਆ, 2 ਸਿਗਰਟ ਅਤੇ 5 ਲੱਡੂ, ਇਹ ਤੁਸੀਂ ਭੋਗ ਬਾਬਾ ਭੈਰੋਂ ਦੇ ਨਾਮ ਦਾ ਦੇਣਾ ਆ। ਇਹ 3 ਚੀਜ਼ਾਂ, 2 ਸਿਗਰਟ, 5 ਲੱਡੂ ਅਤੇ
ਇੱਕ ਦਾਰੂ ਦਾ ਪਊਆ, ਇਹ ਤਿੰਨ ਚੀਜ਼ਾਂ ਤੁਸੀਂ ਪੈਰੋ ਬਾਬਾ ਦੇ ਨਾਮ ਦੀਆਂ ਦੇਣੀਆਂ ਆ। ਇਹ ਸਮੱਗਰੀ ਤੁਸੀਂ ਪਹਿਲੇ ਅਤੇ ਆਖਰੀ ਦਿਨ ਦੇਣੀ ਆ। 21 ਦਿਨ ਦੀ ਸਾਧਨਾ ਹੈ। ਕਰਾ ਕੇ ਇਸ਼ਨਾਨ ਕਰਕੇ ਤੁਸੀਂ ਮੰਗਲਵਾਰ ਦੇ ਦਿਨ ਤੋਂ ਸਾਧਨਾ ਸ਼ੁਰੂ ਕਰਨੀ ਹੈ। ਮੰਗਲਵਾਰ ਨੂੰ ਇਹ ਸਾਰਾ ਕੰਮ ਕਰਨਾ ਆ। ਅਤੇ ਕਰਾ ਕੇ ਤੁਸੀਂ ਕਾਲੇ ਵਸਤਰ ਪਾ ਕੇ, ਕਾਲੇ ਕੱਪੜੇ ਪਾ ਕੇ, ਕਾਲੇ ਰੰਗ ਦਾ ਆਸਣ ਵਿਛਾ ਕੇ ਅਤੇ ਕਾਲੇ ਹਕੀਕੀ ਮਾਲਾ 'ਤੇ ਤੁਸੀਂ ਜਿਹੜਾ ਮੈਂ ਮੰਤਰ ਦੱਸਿਆ ਹੈ ਉਸ ਮੰਤਰ ਦਾ ਜਾਪ ਕਰਨਾ। ਹਰ ਰੋਜ਼ 5 ਮਾਲਾ ਦਾ ਜਾਪ ਕਰਨਾ ਆ। ਸੂਰਜ ਛੁਪਣ ਤੋਂ ਬਾਅਦ ਜਾਪ ਕਰਨਾ ਹੈ। ਅਤੇ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਰੱਖਿਆ ਮੰਤਰ ਜ਼ਰੂਰ ਪੜ੍ਹਨਾ ਹੈ, ਆਸਣ ਮੰਤਰ ਜ਼ਰੂਰ ਪੜ੍ਹਨਾ ਹੈ, ਸਰੀਰ ਕੀਲਨ ਮੰਤਰ ਜ਼ਰੂਰ ਪੜ੍ਹਨਾ ਹੈ, ਕਿਉਂਕਿ ਇਸ ਵਿੱਚ ਬਹੁਤ ਸਾਰੇ ਅਨੁਭਵ ਹੁੰਦੇ ਆ। ਅਤੇ ਜਿਸ ਕਿਸੇ ਨੇ ਵੀ ਇਹ ਸਾਧਨਾ ਕਰਨੀ ਆਪਣੇ ਗੁਰੂ ਦੀ ਆਗਿਆ ਦੇ ਨਾਲ, ਆਪਣੇ ਗੁਰੂ ਦੀ ਦੇਖ ਰੇਖ ਵਿੱਚ ਕਰਨ, ਕਿਉਂਕਿ ਬਹੁਤ ਹੀ ਸ਼ਕਤੀਸ਼ਾਲੀ ਇਹ ਸਾਧਨਾ ਆ। ਸ਼ਮਸ਼ਾਨ ਦੀਆਂ ਕਾਲੀਆਂ ਸ਼ਕਤੀਆਂ ਇਸ ਸਾਧਨਾ ਦੇ ਵਿੱਚ ਦਿਖਾਈ ਦਿੰਦੀਆਂ ਆ, ਪ੍ਰਭਾਵ ਵੀ ਪਾ ਸਕਦੀਆਂ ਆ। ਅਤੇ ਇਸ ਲਈ ਆਪਣੇ ਗੁਰੂ ਦੀ ਦੇਖ ਰੇਖ ਵਿੱਚ ਇਹ ਸਾਧਨਾ ਕਰੋਗੇ ਤਾਂ ਇਹ ਸਾਧਨਾ ਸਫਲ ਹੋਵੇਗੀ। ਸੋ ਜਿਸ ਕਿਸੇ ਨੇ ਵੀ ਇਹ ਸਾਧਨਾ ਕਰਨੀ ਹੋਵੇ ਆਪਣੇ ਗੁਰੂ ਦੀ ਆਗਿਆ ਦੇ ਨਾਲ ਇਹ ਸਾਧਨਾ ਕਰੇ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਵੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ, ਦੁਆ, ਫਰਿਆਦ, ਅਮਲ, ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।